ਢੀਂਡਸਾ ਸਾਹਿਬ ਜੇ ਚੋਣ ਲੜਨੀ ਚਾਹੁੰਦੇ ਸੀ ਤਾਂ ਪਹਿਲਾਂ ਉਹਨਾਂ ਨਾਲ ਬੈਠ ਕੇ ਡਿਸਕਸ ਕਰ ਲੈਣਾ। ਮਲੂਕਾ ਸਾਹਿਬ ਅਨੁਸ਼ਾਸਨ ਕਮੇਟੀ ਦੇ ਹੈੱਡ ਨੇ, ਤੁਹਾਨੂੰ ਵੀ ਬਾਹਰ ਦਾ ਰਸਤਾ ਉਹਨਾਂ ਨੇ ਵਿਖਾਇਆ ਸੀ। ਨੌ ਪੁੱਤਰ ਹੈ, ਉਹ ਕਹਿੰਦੇ ਉਹਨਾਂ ਨੇ ਮੇਰੀ ਗੱਲ ਨਹੀਂ ਮੰਨੀ। ਇਹ ਤਾਂ ਹੁਣ ਮਲੂਕਾ ਸਾਹਿਬ ਵੀ ਇਹਦਾ ਦੱਸ ਸਕਦੇ ਨਾ ਵੀ ਉਹਨਾਂ ਨੇ ਗਲਤੀ ਕੀਤੀ ਹੈ ਜਾਂ ਮੰਨੀ ਹੈ ਨਹੀਂ ਮੰਨੀ। ਪ੍ਰਚਾਰ ਉਹ ਨੈਚੁਰਲੀ ਕਰਨਗੇ, ਫਿਰ ਕੀ ਪਾਰਟੀ ਇਸ ਨੂੰ ਅਨੁਸ਼ਾਸਨਹੀਣਤਾ ਮੰਨੇਗੀ? ਤੁਸੀਂ ਵੀ ਗਰੰਟੀਆਂ ਗਰੰਟੀਆਂ ਅੱਜ ਕੀ ਦੇਖ ਰਹੇ ਹੋ, ਕਿਉਂਕਿ ਪਹਿਲਾਂ ਕੇਜਰੀਵਾਲ ਸਾਹਿਬ ਗਰੰਟੀ ਦਿੰਦੇ ਸੀ, ਵੀ ਮੋਦੀ ਸਾਹਿਬ ਵੀ ਗਰੰਟੀ ਦੇਣ ਲੱਗ ਗਏ, ਕਿ ਹੁਣ ਤੁਸੀਂ ਕਹੋਗੇ ਅਕਾਲੀਆਂ ਦੀ ਗਰੰਟੀ? ਚੋਣ ਮੈਨੀਫੈਸਟੋ ਤੇ ਇੱਕ ਕਾਨੂੰਨੀ ਦਸਤਾ ਬਣ ਜਾਣਾ ਚਾਹੀਦਾ, ਜਿਹੜਾ ਕੋਈ ਗੁੰਮਰਾਹ ਕਰੇ ਸਟੇਟਾਂ ਵਾਲੇ ਲੋਕਾਂ ਨੂੰ ਉਹਦੇ ਉੱਤੇ ਐਕਸ਼ਨ ਵੀ ਹੋਣਾ ਚਾਹੀਦਾ। ਲਿਸਟ ਆਈ ਹੈ ਤੇ ਉਸ ਤੋਂ ਬਾਅਦ ਨਾਰਾਜ਼ਗੀਆਂ ਵੀ ਨਜ਼ਰ ਆ ਰਹੀਆਂ ਨੇ। ਪਾਰਟੀ ਦਾ ਇਹਦੇ ਚ ਏਡਾ ਵੱਡਾ ਇਤਿਹਾਸ ਹੈ, ਉਸ ਪਾਰਟੀ ਨੂੰ ਕਮਜ਼ੋਰ ਨਹੀਂ ਕਰਨਾ ਚਾਹੀਦਾ। ਜੇ ਪਾਰਟੀ ਕਮਜ਼ੋਰ ਹੋ ਗਈ ਫਿਰ ਤੇ ਆਪਾਂ ਖਤਮ ਹੀ ਹੋ ਜਾਂਦੇ। ਅਕਾਲੀ ਦਲ ਦੀ ਚੋਣ ਮੈਨੀਫੈਸਟੋ ਕਮੇਟੀ ਦੀ ਮੀਟਿੰਗ ਹੋਈ ਹੈ, ਸਾਡੇ ਨਾਲ ਇਸ ਵੇਲੇ ਬੀਬੀ ਜਗੀਰ ਕੌਰ ਜੀ ਨੇ ਗੱਲਬਾਤ ਉਹਨਾਂ ਨਾਲ ਕਰਦੇ ਆ। ਬੀਬੀ ਜੀ, ਅੱਜ ਚੋਣ ਮੈਨੀਫੈਸਟੋ ਕਮੇਟੀ ਦੀ ਮੀਟਿੰਗ ਹੋਈ ਹੈ, ਕਿਹੜੇ ਉਹ ਚੋਣ ਵਾਅਦੇ ਹੋਣਗੇ ਜਾਂ ਤੁਸੀਂ ਵੀ ਗਰੰਟੀਆਂ ਗਰੰਟੀਆਂ ਅੱਜ ਕੀ ਦੇਖ ਰਹੇ ਹੋ, ਕਿਉਂਕਿ ਪਹਿਲਾਂ ਕੇਜਰੀਵਾਲ ਸਾਹਿਬ ਗਰੰਟੀ ਦਿੰਦੇ ਸੀ, ਵੀ ਮੋਦੀ ਸਾਹਿਬ ਵੀ ਗਰੰਟੀ ਦੇਣ ਲੱਗ ਗਏ, ਕਿ ਹੁਣ ਤੁਸੀਂ ਕਹੋਗੇ ਅਕਾਲੀਆਂ ਦੀ ਗਰੰਟੀ? ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਇੱਕ ਸਿਧਾਂਤਕ ਪਾਰਟੀ ਹੈ, ਕਿਸੇ ਮਰਿਆਦਾ 'ਚ ਰਹਿਣ ਵਾਲੀ ਹੈ। ਗਰੰਟੀ ਇੱਕ ਵਿਅਕਤੀ ਦੀ ਹੋ ਸਕਦੀ ਹੈ, ਪਾਰਟੀ ਦੀ ਨਹੀਂ ਹੁੰਦੀ। ਪਾਰਟੀ ਤੇ ਆਪਣਾ ਚੋਣ ਮੈਨੀਫੈਸਟੋ ਬਣਾਉਂਦਾ ਤੇ ਚੋਣ ਮੈਨੀਫੈਸਟੋ ਅਸੀਂ ਤੇ ਹਮੇਸ਼ਾ ਕਹਿੰਦੇ ਆਏ ਹਾਂ ਕਿ ਚੋਣ ਮੈਨੀਫੈਸਟੋ ਤੇ ਇੱਕ ਕਾਨੂੰਨੀ ਦਸਤਾ ਬਣ ਜਾਣਾ ਚਾਹੀਦਾ, ਜਿਹੜਾ ਕੋਈ ਗੁੰਮਰਾਹ ਕਰੇ ਸਟੇਟਾਂ ਵਾਲੇ ਲੋਕਾਂ ਨੂੰ ਉਹਦੇ ਉੱਤੇ ਐਕਸ਼ਨ ਵੀ ਹੋਣਾ ਚਾਹੀਦਾ, ਲੋਕਾਂ ਨੂੰ ਉਸ ਗੱਲ ਦੇ ਉੱਤੇ ਇਤਰਾਜ਼ ਹੋਣਾ ਚਾਹੀਦਾ। ਤੇ ਜੇ ਅਸੀਂ ਇੱਕ ਇੱਕ ਗਰੰਟੀ ਉੱਦਾਂ ਹੀ ਰੌਲਾ ਹੀ ਪਾਈ ਜਾਣਾ, ਆਹ ਗਰੰਟੀ ਹੈ ਜੀ, ਆਹ ਗਰੰਟੀ ਹੈ, ਇਹਦਾ ਮਤਲਬ ਫਿਰ ਪਾਰਟੀ ਦੀ ਦਾ ਚੋਣ ਮੈਨੀਫੈਸਟੋ ਕਿਵੇਂ ਆ? ਇੱਕ ਵਿਅਕਤੀ ਦੀ ਗਰੰਟੀ ਥੋੜੋ ਕਹਿਣੀ ਚਾਹੀਦੀ ਹੈ। ਸੋ ਮੈਂ ਤੇ ਇਹ ਸਮਝਦੀ ਹਾਂ ਕਿ ਚੋਣ ਮੈਨੀਫੈਸਟੋ ਜਿਹੜਾ ਇਸ ਤਰ੍ਹਾਂ ਦਾ ਬਣਾਓ ਜਿਹੜਾ ਅਸੀਂ ਸਟੇਟ ਦੇ ਕੰਮ ਜਿਹੜੇ ਹੈ ਸੈਂਟਰ ਨਾਲ ਸੰਬੰਧਿਤ ਹੈ ਉਹ ਅਸੀਂ ਲੈ ਕੇ ਆਉਣੇ ਹੈ, ਜੱਦੋ ਜਹਿਦ ਕਰਨੀ ਹੈ, ਆਪਣੀ ਲੜਾਈ ਕਰਨੀ ਹੈ, ਸੰਘਰਸ਼ ਕਰਨਾ ਹੈ, ਤਾਂ ਜੋ ਅਸੀਂ ਸਟੇਟਾਂ ਨੂੰ ਇਨਸਾਫ ਦਵਾ ਸਕੀਏ ਤੇ ਉੱਥੋਂ ਦੀ ਜਿੰਨੀਆਂ ਪਾਲਿਸੀਜ਼ ਹੈ ਜੇ ਗਲਤ ਬਣਦੀ ਹੈ ਉਹਨੂੰ ਰੋਕ ਪਾ ਸਕੀਏ, ਜੇ ਸਹੀ ਪਾਲਿਸੀ ਹੈ ਉਹਨੂੰ ਆਪਣੀ ਸਟੇਟ ਵਿੱਚ ਲਾਗੂ ਕਰ ਸਕੀਏ। ਬੀਬੀ ਜੀ, ਕੀ ਤੁਸੀਂ ਚੋਣ ਲੜੋਗੇ ਇਸ ਵਾਰ, ਕਿਉਂਕਿ ਪਿਛਲੇ ਵਾਰ ਤੁਸੀਂ ਖਡੂਰ ਸਾਹਿਬ ਤੋਂ ਚੋਣ ਲੜੇ ਸੀ, ਤਾਂ ਕੀ ਇਸ ਵਾਰ ਵੀ ਤੁਹਾਡਾ ਮਨ ਹੈ ਜਾਂ ਫਿਰ ਪਾਰਟੀ ਦਾ ਮਨ ਹੈ ਤੁਸੀਂ ਉਹਨੂੰ ਪੁਗਾਓਗੇ? ਦੇਖੋ, ਮੈਂ ਪਹਿਲਾਂ ਹੀ ਇਹ ਕਹਿ ਦਿੱਤਾ ਸੀ ਕਿ ਮੈਂ ਕਦੀ ਵੀ ਸੋਚਦੀ ਨਹੀਂ ਹੁੰਦੀ ਕਿ ਪਾਰਲੀਮੈਂਟ ਵਿੱਚ ਚੋਣ ਲੜਾਂ, ਇਹ ਪਹਿਲਾਂ ਹੀ ਮੇਰੇ ਤੋਂ ਹੈਗਾ। ਉਸ ਵੇਲੇ ਵੀ ਮੈਨੂੰ ਇਹਨਾਂ ਨੇ ਜ਼ਬਰਦਸਤੀ ਭੇਜਿਆ ਸੀ, ਮੈਂ ਨਹੀਂ ਸੀ ਚਾਹੁੰਦੀ, ਕਿਉਂਕਿ ਮੇਰਾ ਸਿਰਫ ਮੇਨ ਮਕਸਦ ਹੈ ਕਿ ਮੈਂ ਜਿੰਨੀ ਕੁ ਜ਼ਿੰਦਗੀ ਹੈ ਮੈਂ ਧਰਮ ਪ੍ਰਚਾਰ ਦੇ ਖੇਤਰ ਵਿੱਚ ਲਾ ਸਕਾਂ, ਮਨੁੱਖਤਾ ਦੀ ਸੇਵਾ ਵਿੱਚ ਲਾ ਸਕਾਂ, ਜਾਂ ਮੈਂ ਕੋਈ ਜਿਹੜੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਦੇ ਕਾਰਜ ਵਿੱਚ ਚੰਗੀ ਭੂਮਿਕਾ ਨਿਭਾ ਸਕਾਂ, ਜਿਹੜੀ ਮੇਰੇ ਮੇਰੇ ਮਨ ਦਾ ਸ਼ੌਂਕ ਹੈ। ਦੂਜਾ ਹੈਗਾ ਕਿ ਵੱਧ ਤੋਂ ਵੱਧ ਮੇਰੇ ਲੋਕਾਂ ਦੀ ਜਿਹੜੀ ਇਲਾਕੇ ਦੀ ਕਹਿ ਲਓ ਜਾਂ ਮੇਰੇ ਬਹੁਤ ਸਾਰੇ ਐਸੇ ਲੋਕ ਹੈ ਜਿਹੜੇ ਚਾਹੁੰਦੇ ਹੈ ਕਿ ਮੈਂ ਵਿਧਾਨ ਸਭਾ ਦੇ ਵਿੱਚ ਕੰਮ ਕਰ ਸਕਾਂ ਆਪਣੇ ਇਲਾਕੇ ਵਾਸਤੇ। ਬਸ ਮੇਰਾ ਪੰਜਾਬ ਦੇ ਵਿੱਚ ਹੀ ਕੰਮ ਕਰਨ ਦਾ ਜ਼ਿਆਦਾ ਸ਼ੌਕ ਹੈ, ਬਾਕੀ ਧਰਮ ਪ੍ਰਚਾਰ ਦਾ ਅਤੇ ਸਾਰੇ ਵਰਲਡ ਵਿੱਚ ਜਾਓ ਉਹ ਸ਼ੌਕ ਹੈ। ਮੈਂ ਨਾ ਚੋਣ ਲੜਨੀ ਹੈ ਅਤੇ ਨਾ ਮੈਂ ਉਹਨੂੰ ਕਿਹਾ ਹੀ ਹੈ, ਨਾ ਮੈਂ ਲੜਨਾ ਚਾਹੁੰਦੀ ਹਾਂ। ਬੀਬੀ ਜੀ, ਲਿਸਟ ਆਈ ਹੈ ਅਤੇ ਉਸ ਤੋਂ ਬਾਅਦ ਨਾਰਾਜ਼ਗੀਆਂ ਵੀ ਨਜ਼ਰ ਆ ਰਹੀਆਂ ਨੇ ਪਾਰਟੀ ਦੇ ਵਿੱਚ, ਕਈ ਲੀਡਰ ਇਸ ਵੇਲੇ ਨਾਰਾਜ਼ ਨੇ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ, ਕਈ ਪਾਰਟੀ ਵੀ ਛੱਡ ਗਏ ਨੇ? ਦੇਖੋ, ਪਾਰਟੀ ਛੱਡਣ ਵਾਲਿਆਂ ਨੂੰ ਤਾਂ ਇਹ ਸੋਚਣਾ ਚਾਹੀਦਾ ਕਿ ਕੰਮਾਂ 'ਚ ਸਾਡੀਆਂ ਪੋਲਿਸੀਜ਼ ਵਿੱਚ ਕੋਈ ਨੁਕਸਾਨ ਊਨਤਾਈਆਂ ਹੋ ਸਕਦੀਆਂ, ਉਹਨੂੰ ਆਪਾਂ ਬਹਿ ਕੇ ਡਿਸਕਸ ਕਰ ਲਈਏ। ਲੇਕਿਨ ਪਾਰਟੀ ਦਾ ਇਹਦੇ 'ਚ ਏਡਾ ਵੱਡਾ ਇਤਿਹਾਸ ਹੈ, ਉਸ ਪਾਰਟੀ ਨੂੰ ਕਮਜ਼ੋਰ ਨਹੀਂ ਕਰਨਾ ਚਾਹੀਦਾ, ਮੈਂ ਜਦੋਂ ਤੱਕ ਮੇਰੇ ਖਿਆਲ ਅਨੁਸਾਰ, ਕਿਉਂਕਿ ਜੇ ਪਾਰਟੀ ਕਮਜ਼ੋਰ ਹੋ ਗਈ ਫਿਰ ਤਾਂ ਆਪਾਂ ਖਤਮ ਹੀ ਹੋ ਜਾਵਾਂਗੇ। ਜੇ ਤੁਸੀਂ ਤੁਹਾਡੀ ਕੋਈ ਨਾਰਾਜ਼ਗੀ ਹੈ ਜਾਂ ਕੋਈ ਤੁਸੀਂ ਗੱਲ ਕਰਨੀ ਹੈ ਡਿਸਕਸ ਕਰਨੀ ਹੈ ਉਹ ਪਾਰਟੀ ਦੇ ਅੰਦਰ ਬੈਠ ਕੇ ਡਿਸਕਸ ਕਰ ਲਓ ਅਤੇ ਉਹਦੇ ਨਾਲ ਚੰਗਾ ਹੱਲ ਨਿਕਲਦਾ। ਪਰ ਜਿਹੜੀਆਂ ਲਿਸਟਾਂ ਐਲਾਨ ਹੋਈਆਂ ਥੋੜ੍ਹਾ ਜਿਹਾ ਸਾਨੂੰ ਮਤਲਬ ਮਹਿਸੂਸ ਕੀਤਾ ਗਿਆ ਕਿ ਇੱਕ ਸੀਟ ਸੀ ਜਿਸ ਤਰ੍ਹਾਂ ਸੰਗਰੂਰ ਵਾਲੀ, ਉਹ ਲੋਕਾਂ ਦੇ ਮਨਾਂ 'ਚ ਆਈ ਹੈ। ਉਹ ਇਸ ਲਈ ਆਈ ਹੈ ਕਿ ਢੀਂਡਸਾ ਸਾਹਿਬ ਜੇ ਚੋਣ ਲੜਨੀ ਚਾਹੁੰਦੇ ਸੀ ਤਾਂ ਪਹਿਲਾਂ ਉਹਨਾਂ ਨਾਲ ਬੈਠ ਕੇ ਡਿਸਕਸ ਕਰ ਲੈਣਾ ਚਾਹੀਦਾ ਸੀ। ਢੀਂਡਸਾ ਸਾਹਿਬ ਵੀ ਕਹਿ ਰਹੇ ਨੇ ਕਿ ਸ਼ਾਇਦ ਸਮਝੌਤਾ ਕਰ ਲਿਆ ਹੋਏਗਾ, ਉਹੋ ਜਿਹੇ ਸ਼ਬਦ ਵਰਤ ਰਹੇ ਨੇ, ਹਾਲਾਂਕਿ ਉਹ ਤੁਹਾਡੀ ਪਾਰਟੀ ਦੇ ਸਰਪ੍ਰਸਤ ਨੇ, ਵੱਡੇ ਲੀਡਰ ਨੇ, ਪਰ ਜੇ ਉਹ ਵੀ ਇਹੋ ਜਿਹੀ ਗੱਲ ਕਰ ਰਹੇ ਨੇ ਕਿ ਮੇਰੇ ਨਾਲ ਡਿਸਕਸ ਨਹੀਂ ਕੀਤੀ ਗਈ, ਮੇਰੇ ਨਾਲ ਸਲਾਹ ਨਹੀਂ ਕੀਤੀ ਗਈ, ਤੇ ਇਹਨੂੰ ਤੁਸੀਂ ਕਿਵੇਂ ਦੇਖਦੇ? ਦੇਖੋ, ਪ੍ਰਧਾਨ ਜੀ ਨੇ ਉਦਾਂ ਤਾਂ ਸਾਰੇ ਨੌ ਨੌ ਹਲਕੇ ਜਿਹੜੇ ਹੈ ਉਹ ਨੌ ਹਲਕੇ ਵਾਲਿਆਂ ਨਾਲ ਕੀਤਾ ਹੋਏਗਾ, ਮੈਂ ਉਹਦੇ ਬਾਰੇ ਕੁਛ ਨਹੀਂ ਕਹਿਣਾ ਚਾਹੁੰਦੀ ਕਿਉਂਕਿ ਇਹ ਉਹਨਾਂ ਦੀ
ਉਹਨਾਂ ਦਾ ਆਪਣਾ ਹੈਗਾ ਕੀ ਕਹਿੰਦੇ ਹੁੰਦੇ ਆਪਣੀ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਦੇ ਅਧਿਕਾਰ ਖੇਤਰ ਚ ਆਉਂਦਾ ਪਰ ਉਹ ਜਿਹੜੀ ਸੀਟ ਸੀ ਸੰਗਰੂਰ ਦੀ ਉਹ ਸੰਗਰੂਰ ਦੇ ਸੀਟ ਦੇ ਉੱਤੇ ਥੋੜਾ ਜਿਹਾ ਮਲਾਲ ਜ਼ਰੂਰ ਉਹਨਾਂ ਨੇ ਮਹਿਸੂਸ ਕੀਤਾ ਤੇ ਕੋਈ ਗੱਲ ਨਹੀਂ ਉਹ ਵੱਡੇ ਨੇ ਬੈਠ ਕੇ ਆਪੇ ਹੱਲ ਕਰ ਲੈਣਗੇ ਮਲੂਕਾ ਪਰਿਵਾਰ ਵੀ ਨਾਰਾਜ਼ ਨਜ਼ਰ ਆ ਰਿਹਾ ਉਹ ਛੱਡ ਕੇ ਚੱਲ ਕੇ ਬੀਜੇਪੀ ਚਲੇ ਗਿਆ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਉਹੀ ਮਲੂਕਾ ਸਾਹਿਬ ਅਨੁਸ਼ਾਸਨ ਕਮੇਟੀ ਦੇ ਹੈੱਡ ਨੇ ਤੁਹਾਨੂੰ ਵੀ ਬਾਹਰ ਦਾ ਰਸਤਾ ਉਹਨਾਂ ਨੇ ਵਿਖਾਇਆ ਸੀ ਤੇ ਅਨੁਸ਼ਾਸਨੀ ਕਾਰਵਾਈਆਂ ਉਹ ਕਰਦੇ ਰਹੇ ਨੇ ਹੁਣ ਉਹ ਕੀ ਕਹਿਣਾ ਤੁਸੀਂ ਚਾਹੋਗੇ ਦੇਖੋ ਮਲੂਕਾ ਸਾਹਿਬ ਤਾਂ ਕਹਿੰਦੇ ਮੈਂ ਛੱਡੀ ਨਹੀਂ ਪਾਰਟੀ ਮੈਂ ਉਹਨਾਂ ਬਾਰੇ ਕੀ ਕਹਾਂ ਉਹਨਾਂ ਦੀ ਤਾਂ ਨੋ ਕਮੈਂਟ ਸੀ ਕਹਿ ਸਕਦੇ ਹਾਂ ਜਿਹੜੇ ਉਹਨਾਂ ਦੇ ਧੀ ਪੁੱਤਰ ਨੇ ਨੋ ਪੁੱਤਰ ਹੈ ਉਹ ਕਹਿੰਦੇ ਉਹਨਾਂ ਨੇ ਮੇਰੀ ਗੱਲ ਨਹੀਂ ਮੰਨੀ ਇਹ ਤਾਂ ਹੁਣ ਮਲੂਕਾ ਸਾਹਿਬ ਵੀ ਇਹਦਾ ਦੱਸ ਸਕਦੇ ਨਾ ਵੀ ਉਹਨਾਂ ਨੇ ਗਲਤੀ ਕੀਤੀ ਹੈ ਜਾਂ ਮੰਨੀ ਹੈ ਨਹੀਂ ਮੰਨੀ ਉਹ ਕਹਿੰਦੇ ਉਹਨਾਂ ਨੇ ਮੇਰੀ ਮੰਨੀ ਨਹੀਂ ਮੈਂ ਕਹਿੰਦਾ ਸੀ ਮੈਂ ਪਾਰਟੀ ਛੱਡੀ ਨਹੀਂ ਪਰ ਪ੍ਰਚਾਰ ਤਾਂ ਫਿਰ ਕੱਲ ਨੂੰ ਕਰਨਗੇ ਨਾ ਜਦੋਂ ਉਹਨਾਂ ਦੀ ਨੂੰਹ ਉੱਥੇ ਖੜੇ ਹੁੰਦੇ ਨੇ ਤਾਂ ਪ੍ਰਚਾਰ ਉਹ ਨੈਚੁਰਲੀ ਕਰਨਗੇ ਫਿਰ ਕੀ ਪਾਰਟੀ ਇਸ ਨੂੰ ਅਨੁਸ਼ਾਸਨਹੀਣਤਾ ਮੰਨੇਗੀ ਨਹੀਂ ਜਦੋਂ ਕਰਨਗੇ ਫਿਰ ਹੀ ਗੱਲ ਕਰਨਗੇ ਅਜੇ ਕੀ ਕਹਿ ਸਕਦੇ ਉਹਨਾਂ ਦਾ ਅੱਛਾ ਅਕਾਲੀ ਦਲ ਦੇ ਵਿੱਚ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਕਿੰਨੀ ਕੁ ਟਿਕਟ ਮਿਲਣ ਦੀ ਸੰਭਾਵਨਾ ਤੁਹਾਨੂੰ ਹੈ ਕਿ ਘੱਟੋ ਘੱਟ ਜ਼ਿਆਦਾ ਨਹੀਂ ਤਾਂ 3-4 ਸੀਟਾਂ ਕੀ ਉਹਨਾਂ ਦੇ ਉੱਤੇ ਬੀਬੀਆਂ ਚੋਣ ਲੜਨਗੀਆਂ ਦੇਖੋ 7 ਦੇ ਐਲਾਨ ਹੋ ਗਈਆਂ ਇਹਨਾਂ 'ਚ ਤਾਂ ਕੋਈ ਨਹੀਂ ਆਈ 6 ਰਹਿ ਗਈਆਂ ਇੱਕ ਦੀ ਆਸ ਹੀ ਲੱਗਦੀ ਗੱਲਬਾਤ ਅਸੀਂ ਕਰ ਰਹੇ ਸੀ ਤਾਂ ਉਹਨਾਂ ਦਾ ਕਹਿਣਾ ਕਿ ਜਿਹੜੇ ਲੀਡਰ ਪਾਰਟੀ ਛੱਡ ਕੇ ਜਾ ਰਹੇ ਨੇ ਤਾਂ ਪਾਰਟੀ ਦੇ ਵਿੱਚ ਬੈਠ ਕੇ ਗੱਲਬਾਤ ਹੋਣੀ ਚਾਹੀਦੀ ਹੈ ਸਿਧਾਂਤਕ ਤੌਰ ਤੇ ਗੱਲਬਾਤ ਹੋਵੇ ਉਹ ਜ਼ਿਆਦਾ ਵਧੀਆ ਹੁੰਦਾ ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਬੀਬੀਆਂ ਨੂੰ ਬਣਦੀ ਜਗ੍ਹਾ ਉਹ ਪਾਰਟੀ ਦੇ ਵਿੱਚ ਮਿਲਣੀ ਚਾਹੀਦੀ ਹੈ 13 ਦੇ ਵਿੱਚੋਂ 7 ਸੀਟਾਂ ਦੇ ਵਿੱਚ ਅਜੇ ਕਿਸੇ ਵੀ ਬੀਬੀ ਦਾ ਨਾਮ ਨਹੀਂ ਆਇਆ ਤਾਂ ਇਹ ਵੀ ਕਹਿ ਰਹੇ ਨੇ ਕਿ ਜਿੰਨਾ ਬੀਬੀਆਂ ਨੂੰ ਬਣਦਾ ਮਾਣ ਸਨਮਾਨ ਹੈ ਉਹ ਜ਼ਰੂਰ ਮਿਲਣਾ ਚਾਹੀਦਾ ਕੈਮਰਾਮੈਨ ਗਗਨ ਦੇ ਨਾਲ ਮੈਨੂੰ ਆਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ ਵਿਕਦਰੋ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ